ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਲੋਕ ਸਭਾ 'ਚ ਭਾਜਪਾ ਦੇ ਸੀਨੀਅਰ ਮੈਂਬਰ ਮੁਰਲੀ ਮਨੋਹਰ ਜੋਸ਼ੀ ਵੱਲੋਂ ਜਿਹੜੀ ਖੇਤੀਬਾੜੀ ਦੇ ਮੁੱਦੇ 'ਤੇ ਪਾਰਲੀਮੈਂਟ 'ਚ ਰਿਪੋਰਟ ਪੇਸ਼ ਕੀਤੀ ਗਈ ਹੈ, ਉਹਨੇ ਖਾਸ ਤੌਰ 'ਤੇ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਦੋਨਾਂ ਬਾਰੇ ਇੱਕ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ, ਚਾਹੇ ਨਾਈਟ੍ਰੋਜਨ ਹੈ ਚਾਹੇ ਫਾਸਫੋਰਸ ਹੈ, ਇਹਨਾਂ ਖਾਦਾਂ ਤੋਂ ਇਲਾਵਾ ਕੀਟਨਾਸ਼ਕ ਅਤੇ ਨਦੀਨਾਸ਼ਕ ਜਿਹੜੀਆਂ ਦਵਾਈਆਂ ਉਹਨਾਂ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਰਤੋਂ ਕਰਦਾ ਹੈ। ਇਹਦੇ ਨਾਲ ਧਰਤੀ ਦੇ ਬੰਜਰ ਹੋਣ ਦੇ ਲਈ ਖਦਸ਼ਾ ਖੜ੍ਹਾ ਹੋ ਗਿਆ। ਗੱਲ ਕੇਵਲ ਖਾਦਾਂ ਦੀ ਜਾਂ ਕੀਟਨਾਸ਼ਕ ਦਵਾਈਆਂ ਦੀ ਨਹੀਂ ਹੈ। ਇੰਨੇ ਹੀ ਦਿਨਾਂ ਦੇ ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਹੋਇਆ ਜਲ ਸਰੋਤ ਮੁੱਦਿਆਂ ਦੇ ਉੱਤੇ। ਜਿਵੇਂ ਕਿ ਅਸੀਂ ਪਹਿਲਾਂ ਵੀ ਜਾਣਦੇ ਹਾਂ, ਇੱਕ ਵਾਰ ਫਿਰ ਕੌਮੀ ਪੱਧਰ 'ਤੇ ਗੱਲ ਉੱਠੀ ਹੈ ਕਿ ਪੰਜਾਬ ਦੇ ਜਿਹੜੇ ਜਲ ਭੰਡਾਰ ਹੈ ਉਹ ਲਗਾਤਾਰ ਘਟਦੇ ਜਾ ਰਹੇ। ਆਪਾਂ ਗੱਲ ਕਰਦੇ ਹਾਂ ਧਰਤੀ ਹੇਠਲੇ ਜਲ ਭੰਡਾਰਾਂ ਦੀ, ਪੰਜਾਬ ਦੇ ਫਾਰਮਰਸ ਦੀ ਜਿੱਦਾਂ ਦੀ ਸਥਿਤੀ ਹੈ, ਆਏ ਦਿਨ ਜਿਹੜੀ ਸੁਈਸਾਈਡ ਦੀਆਂ ਕੋਈ ਨਾ ਕੋਈ ਖਬਰਾਂ, ਸਾਨੂੰ ਦੁਖਦਾਈ ਖਬਰਾਂ ਮਜਬੂਰੀ 'ਚ ਜਾਣਨ ਅਤੇ ਸੁਣਨ ਦਾ ਮੌਕਾ ਮਿਲਦਾ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਕੀ ਸਥਿਤੀ ਹੈ, ਕੀ ਕਾਰਨ ਹੋ ਸਕਦੇ ਆ, ਪਿਛੋਕੜ ਕੀ ਹੈ ਅਤੇ ਭਵਿੱਖ ਕੀ ਹੈ, ਸਾਰੇ ਮਾਮਲਿਆਂ ਬਾਰੇ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਨੇ ਉਹਨਾਂ ਦੀ ਮੈਂ ਜਾਣ ਪਛਾਣ ਕਰਵਾਉਣਾ। ਸਾਡੇ ਨਾਲ ਪਹਿਲੇ ਮਹਿਮਾਨ ਡਾਕਟਰ ਦਵਿੰਦਰ ਸ਼ਰਮਾ, ਜਿਹੜੇ ਕਿ ਖੇਤੀ ਮਾਮਲਿਆਂ 'ਚ ਖਾਸ ਮਹਾਰਤ ਰੱਖਦੇ ਹੈ, ਕੌਮੀ ਪੱਧਰ 'ਤੇ ਜਿਨ੍ਹਾਂ ਦੀ ਇੱਕ ਵਿਲੱਖਣ ਪਛਾਣ ਹੈ। ਮੈਂ ਇਹ ਵੀ ਕਹਾਂਗਾ ਜੇ ਦਵਿੰਦਰ ਸ਼ਰਮਾ ਜੀ ਮੇਰੇ ਨਾਲ ਸਹਿਮਤ ਹੋਣਗੇ, ਪਿਛਲੇ ਦਿਨਾਂ 'ਚ ਇਹਨਾਂ ਨੇ ਜਿਹੜਾ ਇੱਕ ਤਜਰਬਾ ਕੀਤਾ ਕੌਮੀ ਪੱਧਰ 'ਤੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਚੰਡੀਗੜ੍ਹ 'ਚ ਇੱਕ ਥਾਂ 'ਤੇ ਇਕੱਠਾ ਕੀਤਾ। ਇਸ ਮੁੱਦੇ 'ਤੇ ਵੀ ਅਸੀਂ ਮੌਕਾ ਆਉਣ 'ਤੇ ਗੱਲ ਕਰਾਂਗੇ। ਸਾਡੇ ਨਾਲ ਦੂਜੇ ਜਿਹੜੇ ਵਿਸ਼ੇਸ਼ ਮਹਿਮਾਨ ਡਾਕਟਰ ਗਿਆਨ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਅਤੇ ਖੇਤੀ ਮਾਮਲਿਆਂ 'ਚ ਆਪਣੀ ਵਿਸ਼ੇਸ਼ ਮਹਾਰਤ ਅਤੇ ਸਮਾਜ ਦੇ ਵਿੱਚ ਆਪਣਾ ਇੱਕ ਖਾਸ ਰੁਤਬਾ ਰੱਖਦੇ ਹੈ। ਮੈਂ ਦੋਨਾਂ ਮਹਿਮਾਨਾਂ ਨੂੰ ਜੀਆਂ ਆਖਦਾ। ਸ਼ਰਮਾ ਜੀ, ਜਿੱਦਾਂ ਆਪਾਂ ਅੱਜ ਦੀ ਡਿਬੇਟ ਦਾ ਸਿਲਸਿਲਾ ਇਸ ਗੱਲ ਤੋਂ ਸ਼ੁਰੂ ਕਰਨ ਲੱਗੇ ਹਾਂ, ਜਿਹੜੀ ਮੁਰਲੀ ਮਨੋਹਰ ਜੋਸ਼ੀ ਦੀ ਰਿਪੋਰਟ ਆਈ ਹੈ ਉਹਦੇ 'ਚ ਜੋ ਖਦਸ਼ੇ ਪ੍ਰਗਟ ਕੀਤੇ ਗਏ ਆ ਜਾਂ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਇਸ਼ੂ ਨੂੰ ਲਿਆ, ਅਸੀਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗੇ ਕਿ ਤੁਹਾਡੇ ਕੀ ਕਮੈਂਟਸ ਨੇ। ਦੇਖੋ, ਡਾਕਟਰ ਮੁਰਲੀ ਮਨੋਹਰ ਜੋਸ਼ੀ ਦੀ ਤੁਸੀਂ ਅਗਰ ਉਹਨਾਂ ਨੂੰ ਜਾਣਦੇ ਹੋ ਜਾਂ ਉਹਨਾਂ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਦੀ ਚਿੰਤਾ ਲਗਾਤਾਰ ਇਸ ਗੱਲ 'ਤੇ ਰਹੀ ਹੈਗੀ ਹੈ। ਔਰ ਜਦ ਐਸਟੀਮੇਟ ਕਮੇਟੀ ਦਾ ਗਠਨ ਹੋਇਆ, ਉਦੋਂ ਉਹਨਾਂ ਨੇ ਕੰਮ ਵੀ ਸ਼ੁਰੂ ਕੀਤਾ, ਉਹਨਾਂ ਨੇ ਬਹੁਤ ਵਾਰੀ ਇਸ ਗੱਲ ਕਰਕੇ ਸਾਡੇ ਨਾਲ ਕਿ ਬਈ ਕਿਸ ਤਰ੍ਹਾਂ ਇਹ ਸਾਰੇ ਇਸ਼ੂ ਜਿਹੜੇ ਹੈਗੇ ਆ, ਹਾਲਾਂਕਿ ਐਸਟੀਮੇਟ ਕਮੇਟੀ ਸ਼ਾਇਦ ਇਹਨਾਂ ਗੱਲਾਂ 'ਚ ਬਹੁਤ ਘੱਟ ਜਾਂਦੀ ਹੈ, ਲੇਕਿਨ ਉਹਨਾਂ ਦਾ ਫੋਕਸ ਰਿਹਾ ਹੈਗਾ। ਉਹਨਾਂ ਦਾ ਕਹਿਣਾ ਇਹ ਹੈਗਾ ਕਿ ਬਈ ਅੱਜ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਐਸੇ ਅਨਸਸਟੇਨੇਬਲ ਲੈਵਲ 'ਤੇ ਆ ਚੁੱਕਿਆ ਕਿ ਜੇ ਅਸੀਂ ਇਹ ਕੰਟੀਨਿਊ ਕਰਾਂਗੇ ਤਾਂ ਸਾਡੇ ਸਾਹਮਣੇ, ਸਮਾਜ ਸਾਹਮਣੇ ਇੱਕ ਕ੍ਰਾਈਸਿਸ ਹੈ, ਪਰਿਆਵਰਣ ਦਾ ਇੱਕ ਸੰਕਟ ਹੋਏਗਾ ਔਰ ਇੱਕ ਹੈਲਥ ਜਿਹੜਾ ਹੈਗਾ ਲਿੰਕ ਉਹਦੇ ਨਾਲ ਜਿਹੜਾ ਹੈਗਾ, ਕਿਉਂਕਿ ਇੱਕ ਅੰਗਰੇਜ਼ੀ 'ਚ ਕਹਾਵਤ ਹੈ ਕਿ ਯੂ ਆਰ ਵਟ ਯੂ ਈਟ। ਤੋ ਜੇ ਤੁਸੀਂ, ਜੇ ਜ਼ਮੀਨ ਖਰਾਬ ਹੈ ਤਾਂ ਫਿਰ ਤੁਹਾਡੀ ਜੇ ਉਪਜ ਵੀ ਖਰਾਬ ਹੋਏਗੀ, ਔਰ ਉਪਜ ਖਰਾਬ ਹੈ ਤਾਂ ਫਿਰ ਤੁਹਾਡਾ ਜਿਹੜਾ ਖਾਦਾਂ ਫੂਡ ਹੈ ਜਿਹੜਾ ਤੁਹਾਡੇ ਕੋਲ ਕੁਝ ਖਾ ਰਹੇ ਹੋ ਉਹ ਵੀ ਖਰਾਬ ਹੈ, ਤਾਂ ਹੀ ਤੁਹਾਡੀ ਹੈਲਥ ਜਿਹੜੀ ਹੈ, ਲਾਈਫ ਸਟਾਈਲ ਡਿਜ਼ੀਜ਼ ਜਿਹੜੀ ਹੋ ਰਹੀ ਹੈਗੀ ਆ। ਉਹਨਾਂ ਦਾ ਜਿਹੜਾ ਪੰਜਾਬ ਬਾਰੇ ਮਿਖਲ ਜੋ ਉਹਨਾਂ ਨੇ ਆਂਕਲਨ ਦਿੱਤਾ ਹੈਗਾ ਉਹ ਬੜਾ ਇੰਪੋਰਟੈਂਟ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੇ ਆਪਣੀ ਜ਼ਮੀਨ ਨੂੰ ਬੰਜਰ ਹੀ ਬਣਾਤਾ ਤਕਰੀਬਨ, ਕਿਉਂਕਿ ਉਹ ਜਿਹੜੀ ਫਰਟੀਲਾਈਜ਼ਰ, ਕੈਮੀਕਲ ਫਰਟੀਲਾਈਜ਼ਰ, ਨਾਈਟ੍ਰੋਜਨ, ਫੋਸਫੋਰਸ, ਪੋਟਾਸ਼ ਅਸੀਂ ਪਾਉਂਦੇ ਹਾਂ ਤਾਂ ਉਹ ਇੰਨਾ ਐਕਸੈਸਿਵ ਮਾਤਰਾ 'ਚ ਯੂਰੀਆ ਪਾਉਂਦੇ ਹਾਂ ਔਰ ਯੂਰੀਆ ਨਾਲ ਉਹ ਸਾਰਾ ਇੰਬੈਲੈਂਸ ਹੋ ਗਿਆ, ਜਿਹਦੇ ਨਾਲ ਯੂਰੀਆ 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 ਉਹਦੇ ਨਾਲ ਸਾਰਾ ਇੰਬੈਲੈਂਸ ਹੋ ਗਿਆ, ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਖਤਮ ਹੋ ਗਈ ਹੈ, ਉਸ ਰਿਪੋਰਟ ਦਾ ਕਹਿਣਾ ਹੈਗਾ। ਜੀ ਜੀ, ਈਵਨ ਸ਼ਰਮਾ ਜੀ, ਮੈਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ, ਖਾਸ ਤੌਰ ਜਿਹੜੇ ਮਿਲਕ ਨਾਲ ਰਿਲੇਟਡ ਲੋਕ ਹੈਗੇ ਆ, ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜਾ ਗਊਆਂ ਦਾ ਜਿਹੜਾ ਮੱਝਾਂ ਦਾ ਦੁੱਧ ਹੈ ਜਿਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਲੈਬੋਰਟਰੀਆਂ 'ਚ ਜਾ ਕੇ ਟੈਸਟ ਕੀਤਾ ਜਾਂਦਾ ਹੈ ਤਾਂ ਪੂਰੀ ਇੱਕ ਧਾਰ ਉਹਦੇ 'ਚੋਂ ਯੂਰੀਆ ਦੀ ਵਗਦੀ ਹੈ, ਇੰਨਾ ਯੂਰੀਆ ਜਿਹੜਾ ਹੈਗਾ ਉਹ ਫਸਲਾਂ ਦੇ ਰਾਹੀਂ, ਚਾਰੇ ਦੇ ਰਾਹੀਂ ਜਿਹੜਾ ਡੰਗਰਾਂ 'ਚ ਚਲਾ ਜਾਂਦਾ। ਬਿਲਕੁਲ ਠੀਕ ਹੈ ਕਿ ਸਾਡੀ ਸਿਹਤ ਕਿਵੇਂ ਸਹੀ ਰਹਿ ਸਕਦੀ ਹੈ। ਡਾਕਟਰ ਸਾਹਿਬ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੰਜਰ ਹੋਣ ਜਾ ਰਹੀ ਹੈ? ਇਹ ਤਾਂ ਜੋਸ਼ੀ ਉਹਨਾਂ ਨੇ ਹੁਣ ਕਹੀ ਹੈ, ਮੈਨੂੰ ਤਾਂ ਗ੍ਰੀਨ ਰੈਵੋਲਿਊਸ਼ਨ ਦੇ ਸ਼ੁਰੂ ਜਾਣਾ ਪਊਗਾ ਜਦੋਂ ਸਾਡਾ ਦੇਸ਼ ਬਾਹਰੋਂ ਫੂਡ ਗ੍ਰੇਨ ਇੰਪੋਰਟ ਕਰਦਾ ਸੀ
ਅਤੇ ਅਸੀਂ ਨਿਊ ਐਗਰੀਕਲਚਰ ਸਟ੍ਰੈਟਜੀ ਵੱਲ ਗਏ, ਜਿਹੜਾ ਪੈਕੇਜ ਸੀ SIFM ਅਤੇ MAPs ਦਾ, ਹਾਈ ਯੀਲਡਿੰਗ ਵਰਾਇਟੀ ਸੀਡਸ, ਅਸ਼ਿਓਰਡ ਇਰੀਗੇਸ਼ਨ, ਯੂਜ ਆਫ ਕੈਮੀਕਲ ਫਰਟੀਲਾਈਜ਼ਰ, ਇਨਸੈਕਟੀਸਾਈਡ, ਪੈਸਟੀਸਾਈਡ, ਮਸ਼ੀਨਰੀ ਐਂਡ ਮਾਡਰਨ ਐਗਰੀਕਲਚਰ ਪ੍ਰੈਕਟਿਸਿਸ ਜੀ ਜੀ। ਉਸ ਮੌਕੇ ਜਿਹੜਾ ਇਹ ਪੈਕੇਜ ਸੀ, ਅਸੀਂ ਫੂਡ ਫਾਊਂਡੇਸ਼ਨ ਟੀਮ ਜਾਂ ਉਸ ਤੋਂ ਬਾਅਦ ਦੀਆਂ ਟੀਮਾਂ ਸੀ ਜਿਹੜੀਆਂ, ਉਹਦੀਆਂ ਰਿਕਮੈਂਡੇਸ਼ਨ 'ਤੇ ਲਿਆ। ਇਸ ਲਈ ਜਿਹੜਾ ਪੈਕੇਜ ਦੇ ਤੌਰ 'ਤੇ ਸਾਰਾ ਕੁਝ ਵਰਤਿਆ ਗਿਆ, ਜੇ ਪੈਕੇਜ ਦੇ ਤੌਰ 'ਤੇ ਵਰਤਿਆ ਗਿਆ, ਭਾਵੇਂ ਅਸੀਂ ਫੂਡ ਗ੍ਰੇਨ ਦੀ ਪ੍ਰੋਡਕਸ਼ਨ 5 ਗੁਣਾ ਕਰ ਲਈ, ਪਰ ਪਿੱਛੇ ਜਿਹੜੇ ਸਾਨੂੰ ਪੈਕੇਜ ਦੇਣ ਵਾਲੇ ਸੀ ਜਾਂ ਇਹ ਮਤਲਬ ਇਸ ਨਿਊ ਐਗਰੀਕਲਚਰ ਸਟ੍ਰੈਟਜੀ ਦੇਣ ਵਾਲੇ ਸੀ, ਉਹਦਾ ਮੁੱਖ ਮੰਤਵ ਇਹ ਸੀ ਕਿ ਕਾਰਪੋਰੇਸ਼ਨਾਂ ਦਾ ਕੰਮ ਕਿਵੇਂ ਚੱਲੂਗਾ। ਜਿਹੜੀ ਸਭ ਤੋਂ ਵੱਧ ਫਰਟੀਲਾਈਜ਼ਰ ਹੈ ਜਾਂ ਮਸ਼ੀਨਰੀ ਹੈ ਜਾਂ ਹੋਰ ਕੈਮੀਕਲ ਨੇ, ਉਹ ਸਾਰੇ ਕਾਰਪੋਰੇਸ਼ਨਾਂ ਦੇ ਨੇ, ਅਤੇ ਇਸ ਉਹ ਤਾਂ ਉਸ ਮੌਕੇ ਹੀ ਸ਼ੁਰੂਆਤ ਹੋ ਗਈ ਸੀ। ਅਤੇ ਪਰ ਉਸ ਮੌਕੇ ਮੈਂ ਤੁਹਾਨੂੰ ਉਹਨਾਂ ਦੇ ਇੰਨਾ ਮੰਤ ਸੀ, ਬਲਕਿ ਉਹਨਾਂ ਨੇ ਸਬਸਿਡੀਆਂ ਖਾਣੀਆਂ ਵੀ ਇਹਦੇ ਇੱਕ ਗੱਲ ਚੰਗੀ ਸੀ ਕਿ ਉਸ ਮੌਕੇ ਸਾਡੇ ਇੱਥੇ ਐਗਰੀਕਲਚਰ ਯੂਨੀਵਰਸਿਟੀ ਐਕਸਟੈਂਸ਼ਨ ਸਰਵਿਸ ਬਹੁਤ ਵਧੀਆ ਸੀ ਜੀ ਜੀ, ਜਿਹਦੇ ਨਾਲ ਸਾਡੇ ਐਗਰੀਕਲਚਰ ਡਿਵੈਲਪਮੈਂਟ ਅਫੀਸਰ ਜਾਂ ਖਾਸ ਕਰਕੇ ਗ੍ਰਾਮ ਸੇਵਕ ਬਹੁਤ ਕੁਛ ਐਕਸਟੈਂਸ਼ਨ ਦਾ ਸਾਨੂੰ ਲਿਆ ਕੇ ਦਿੰਦੇ ਸੀ ਵੀ ਸਾਨੂੰ ਕਿੰਨਾ ਵਰਤਣਾ ਚਾਹੀਦਾ, ਕਿੰਨਾ ਨਹੀਂ ਵਰਤਣਾ ਚਾਹੀਦਾ। ਅਸੀਂ ਅੰਧਾ ਧੁੰਦ ਵਰਤਿਆ, ਅਤੇ ਮੋਰ ਓਵਰ ਜਿਹੜੀ ਇਹ ਨਿਊ ਐਗਰੀਕਲਚਰ ਸਟ੍ਰੈਟਜੀ ਹੈ, ਇਹ ਕਮਰਸ਼ੀਅਲਾਈਜੇਸ਼ਨ ਦਾ ਇੱਕ ਹਿੱਸਾ ਸੀ। ਜਦੋਂ ਅਸੀਂ ਕਮਰਸ਼ੀਅਲ ਮੋਟਿਵ 'ਤੇ ਆ ਗਏ, ਸਾਡਾ ਤਾਂ ਪਰਪਸ ਸਿਰਫ ਉਹਨੂੰ ਮੈਕਸੀਮਾਈਜ਼ ਕਰਨਾ ਪ੍ਰੋਫਿਟਸ ਨੂੰ, ਨਾ ਕਿ ਲੋਕਾਂ ਦੀ ਸਿਹਤ ਵੱਲ ਦੇਖਣਾ ਜੀ, ਨਾ ਕਿਤੇ ਹੋਰ ਦੇਖਣਾ ਸੀ। ਅੱਜ ਜਿੱਥੇ ਅਸੀਂ ਵਰਤ ਰਹੇ ਹਾਂ ਉਹ ਬੰਜਰ ਜ਼ਮੀਨ ਵੀ ਕਰਦੇ ਆ, ਬੰਜਰ ਬਿੰਦਾ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ, ਸਾਰੇ ਧਰਤੀ ਨਾਲ ਵੀ ਔਰ ਲੋਕਾਂ ਦੇ ਨਾਲ ਵੀ ਬਹੁਤ ਵੱਡਾ ਖਿਲਵਾੜ ਜਿਹੜਾ ਹੈਗਾ। ਸ਼ਰਮੀ, ਜਦੋਂ ਆਪਾਂ ਗੱਲ ਕਰਦੇ ਕਿ ਇੰਨੀ ਵੱਡੀ ਪੱਧਰ 'ਤੇ ਵਰਤੋਂ ਹੁੰਦੀ ਹੈ ਇਸ ਗੱਲ ਦੀ, ਕਿ ਪੰਜਾਬ ਹੀ ਇੱਕ ਐਸੀ ਸਟੇਟ ਹੈ ਜੇ ਆਪਾਂ ਨੈਸ਼ਨਲ ਲੈਵਲ 'ਤੇ ਗੱਲ ਕਰੀਏ ਕਿ ਸਭ ਤੋਂ ਵੱਡੀ ਪੱਧਰ 'ਤੇ ਵਰਤੋਂ, ਚਾਹੇ ਦਵਾਈਆਂ ਦੀ ਗੱਲ ਕਰੀਏ ਚਾਹੇ ਆਪਾਂ ਖਾਦਾਂ ਦੀ ਗੱਲ ਕਰੀਏ, ਪੰਜਾਬ ਹੈ ਜਿੱਥੇ ਸਭ ਤੋਂ ਵੱਡਾ ਵਿਗਾੜ ਪੈਦਾ ਹੋ ਰਿਹਾ। ਦੇਖੋ, ਪੰਜਾਬ ਦੇ ਇਲਾਵਾ ਬੇਸਿਕਲੀ ਕੰਟਰੀ ਦੇ ਵਿੱਚ ਤੁਸੀਂ ਦੇਖੋ ਸਾਰੇ ਦੇਸ਼ ਵਿੱਚ ਤਕਰੀਬਨ 30% ਏਰੀਆ ਜਿਹੜਾ ਗ੍ਰੀਨ ਰੈਵੋਲਿਊਸ਼ਨ ਵਾਲਾ ਏਰੀਆ ਹੈ ਜੀ ਜੀ। ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਆਂਧਰਾ ਪ੍ਰਦੇਸ਼ ਔਰ ਤਾਮਿਲਨਾਡੂ ਦੇ ਕੁਛ ਇਲਾਕੇ ਜਿਹੜੇ ਪ੍ਰੋਮੀਨੈਂਟਲੀ ਗ੍ਰੀਨ ਰੈਵੋਲਿਊਸ਼ਨ ਦੇ ਬੈਲਟ ਮੰਨੀ ਜਾਂਦੀ ਹੈ, ਉਹਦੇ ਵਿੱਚ ਬਹੁਤ ਜਿਹੜਾ ਪੱਧਰ 'ਤੇ ਸੋਰਸਿਸ ਕਹਿ ਰਹੇ ਹੋ ਗਏ ਬੜੀ ਪੈਸਟੀਸਾਈਡ ਦਾ ਉਪਯੋਗ ਔਰ ਫਰਟੀਲਾਈਜ਼ਰ ਦਾ। ਤੁਸੀਂ ਪੰਜਾਬ 'ਚ ਪੈਸਟੀਸਾਈਡ ਦਾ ਉਪਯੋਗ ਜਿਹੜਾ ਹੈ ਐਵਰੇਜ ਤਾਂ ਜ਼ਿਆਦਾ ਨਿਕਲਦਾ, ਲੇਕਿਨ ਤੁਸੀਂ ਅਗਰ ਆਂਧਰਾ ਪ੍ਰਦੇਸ਼ ਜਾਓ, ਜਿਹੜੀ ਲਾਲ ਮਿਰਚ ਹੈ ਜੋ ਦੇਖਦੇ ਹੋ, ਉਹ ਇੰਨਾ ਪੈਸੇ ਛਿੜਕਿਆ ਜਾਂਦਾ ਕਿ ਉਹ ਸਫੇਦ ਹੋ ਜਾਂਦੀ ਹੈ। ਓਕੇ, ਇੰਨਾ ਪੈਸੇ ਛਿੜਕਿਆ ਜਾਂਦਾ, ਔਰ ਇੱਕ ਇੱਕ ਜ਼ਿਲ੍ਹੇ ਵਿੱਚ 200-200 ਕਰੋੜ ਦੀ ਪੈਸੇ ਛਿੜਕੇ ਜਾਂਦੇ ਹੈਗੇ, ਔਰ ਇਹੀ ਇੱਕ ਕਾਰਨ ਹੈਗਾ ਉੱਥੇ ਆਤਮ ਹੱਤਿਆ ਦਾ ਵੀ ਜਿਹੜਾ ਦੌਰ ਹੈਗਾ ਉਹ ਇਸ ਕਰਕੇ ਹੈ। ਲੇਕਿਨ ਜੋ ਮੁੱਖ ਸਵਾਲ ਜਿਹੜਾ ਡਾਕਟਰ ਸਾਹਿਬ ਵੀ ਦੱਸ ਰਹੇ ਸੀਗੇ, ਉਹ ਹੈ ਕਿ ਇੱਕ ਅਮੈਰੀਕਨ ਇੱਕ ਸਾਇੰਟਿਸਟ ਸੀਗੇ ਕਾਰਨੈਲ ਯੂਨੀਵਰਸਿਟੀ ਦੇ, ਡੇਵਿਡ ਪਾਇਮੈਂਟਲ, ਉਹ ਹਾਲੇ ਵੀ ਜੀਵਿਤ ਹੈਗੇ, ਬੜੇ ਬਜ਼ੁਰਗ ਹੈਗੇ ਆ, ਲੇਕਿਨ ਉਹਨਾਂ ਦੀ ਇੱਕ ਸਟੱਡੀ ਸੀਗੀ ਜਿਹੜੀ ਮੈਨੂੰ ਹਾਲ ਤੱਕ ਯਾਦ ਹੈ, ਮੈਂ ਸਟੂਡੈਂਟ ਸੀਗਾ ਐਗਰੀਕਲਚਰ ਦਾ, ਆਈ ਥਿੰਕ ਇਨ 70s ਦੀ ਗੱਲ ਕਰ ਰਿਹਾ, ਉਹਨਾਂ ਨੇ ਕਿਹਾ ਸੀ ਕਿ 99.9% ਪੈਸਟੀਸਾਈਡ ਗੋ ਇਨ ਟੂ ਇਨਵਾਇਰਮੈਂਟ, ਓਨਲੀ 0.01% ਪੈਸਟੀਸਾਈਡ ਹਿਟਸ ਦੀ ਟਾਰਗੇਟ ਪੈਸਟ, ਯਾਨੀ ਸਿਰਫ 0.01% ਪੈਸੇ ਜੋ ਛਿੜਕਾਓ ਕਰਦੇ ਹਾਂ, ਬਾਕੀ ਤਾਂ ਸਾਰਾ ਇਨਵਾਇਰਮੈਂਟ ਗਿਆ ਜੀ। ਉਹ ਜਿਹੜਾ ਇਨਵਾਇਰਮੈਂਟ ਚਲਾ ਗਿਆ ਹਰ ਸਾਲ ਜਾ ਰਿਹਾ, ਉਹ ਤੁਸੀਂ ਦੇਖੋ ਨਾ ਕਿਤੇ ਨਾ ਕਿਤੇ ਤਾਂ ਅਸਰ ਹੋਣਾ ਹੀ ਹੈ ਨਾ, ਉਹ ਇਨਵਾਇਰਮੈਂਟ 'ਚ ਵੀ ਹੈ, ਪਾਣੀ 'ਚ ਵੀ ਹੈ, ਜ਼ਮੀਨ 'ਚ ਵੀ ਹੈ, ਸਾਡੀ ਹੈਲਥ ਨਾਲ ਵੀ ਹੈ। ਪੰਜਾਬ 'ਚ ਕੈਂਸਰ ਡੈਸ ਦੇਖ ਲਓ, ਪੰਜਾਬ 'ਚ ਕੈਂਸਰ ਟ੍ਰੇਨ ਦਾ ਜਿਹੜਾ ਪ੍ਰਕੋਪ ਹੈ, ਇੱਥੋਂ ਕੈਂਸਰ ਟ੍ਰੇਨ ਚੱਲਦੀ ਹੈ ਬੀਕਾਨੇਰ ਤੱਕ, ਇਹ ਮਤਲਬ ਸਾਫ਼ ਹੈ ਕਿ ਬਈ ਸਾਡੇ ਇੱਥੇ ਜਿਹੜਾ ਉਹਦਾ ਨੈਗੇਟਿਵ ਜਿਹੜਾ ਇੰਪੈਕਟ ਹੈਗਾ ਹਿਊਮਨ ਹੈਲਥ 'ਤੇ ਬਹੁਤ ਜ਼ਿਆਦਾ ਪਿਆ ਹੈਗਾ, ਉਹਨੂੰ ਕਰੈਕਟ ਕਰਨ ਦੀ ਹੁਣ ਜ਼ਰੂਰਤ ਹੈ। ਮੈਨੂੰ ਲੱਗਦਾ ਜੋਸ਼ੀ ਸਾਹਿਬ ਦੀ ਕੋਸ਼ਿਸ਼ ਇਹ ਸੀਗੀ ਕਿ ਆਪਣੀ ਰਿਪੋਰਟ ਦੇ ਨਾਲ ਪਾਰਲੀਮੈਂਟ ਦੀ ਜਿਹੜੀ ਅਟੈਂਸ਼ਨ ਹੈ ਉਸ ਫੋਕਸ 'ਤੇ ਆਏ ਕਿ ਬਈ ਇਹਨੂੰ ਸਿਸਟਮ ਨੂੰ ਹੁਣ ਠੀਕ ਕਰੋ, ਜਿਹੜਾ ਓਬਜੈਕਟਿਵ ਪਹਿਲਾਂ ਸੀਗਾ ਹੋ ਚੁੱਕਿਆ, ਹੁਣ ਅਸੀਂ ਉਹਨੂੰ ਬਦਲਾਅ ਕਰਕੇ ਆਪਣੇ ਨਵੇਂ ਉੱਚ ਦੌਰ 'ਤੇ ਚੱਲੀਏ। ਉਹ ਕਿ ਤੁਸੀਂ ਜਿਹਦੇ 'ਚ ਇੱਕ ਗੱਲ ਜਿਹੜੀ ਇਹਨਾਂ ਦਿਨਾਂ 'ਚ ਤੁਸੀਂ ਵੀ ਜ਼ਰੂਰ ਡੈਫੀਨੇਟਲੀ ਨੋਟਸ ਲਿਆ ਹੋਣਾ ਕਿ ਮਾਲਵੇ 'ਚ ਕੀ ਹੋ ਰਿਹਾ ਪੰਜਾਬ ਦੇ ਅੰਦਰ ਜਿਹੜਾ ਹੈਗਾ, ਉਹ ਨਰਮਾ ਕਪਾਹ ਜਿਹੜੀ ਗਈ ਉੱਥੇ ਜਿਹਨੂੰ ਚਿੱਟੀ ਮੱਖੀ ਕਹਿੰਦੇ ਆ, ਉਹ ਇੰਨੀ ਵੱਡੀ ਮਾਤਰਾ ਦੇ 'ਚ ਪਾਈ ਜਾ ਰਹੀ ਕਿ ਅੱਜ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਨੂੰ, ਚੀਫ ਮਿਨਿਸਟਰ ਨੂੰ ਇਹ ਗੱਲ ਕਹਿਣੀ ਪਈ ਕਿ ਵੀ ਇਹਦਾ ਤੁਸੀਂ ਸਪੈਸ਼ਲ ਜਿਹੜਾ ਹੈਗਾ ਗਿਰਦਾਵਰੀ ਕਰਾਓ, ਬਹੁਤ ਵੱਡਾ ਫਾਰਮਰਸ ਦਾ ਉੱਥੇ ਨੁਕਸਾਨ ਹੋ ਰਿਹਾ।
ਇਹ ਵੀ ਲੱਗਦਾ ਕਿ ਜਿੱਦਾਂ ਤੁਸੀਂ ਕਿਹਾ ਵੀ ਸੀ ਇਨਵਾਇਰਮੈਂਟ 'ਚ ਟਨਾਂ ਦੇ ਹਿਸਾਬ ਨਾਲ ਇੰਨੀਆਂ ਜਿਹੜੀਆਂ ਮੈਡੀਸਨ ਔਰ ਜਿਹੜੀਆਂ ਕੈਮੀਕਲ ਸੁੱਟ ਰਹੇ ਹੈਗੇ ਹੈ, ਜਿਹਦੇ ਕਰਕੇ ਜਿਹੜਾ ਉਹਦਾ ਅਸਰ ਹੀ ਹੁਣੋਂ ਹਟ ਗਿਆ। ਜੇ ਤੁਸੀਂ ਇਹ ਗੱਲ ਦੇਖਦੇ ਹੋ, ਬੜੀ ਇੰਪੋਰਟੈਂਟ ਗੱਲ ਕਹੀ ਹੈ, ਮੈਨੂੰ 2 ਮਿੰਟ ਦਿਓ, ਜਿਹੜਾ ਮੈਂ ਸਾਰਾ ਸਮਝਾ ਦੇਵਾਂ ਜਸਟ ਵਾਸਤੇ। ਦੇਖੋ ਜੀ, ਪੈਸਟੀਸਾਈਡ ਦਾ ਉਪਯੋਗ ਹੀ ਕਾਰਨ ਹੈ ਕਾਟਨ ਵਿੱਚ, ਕਪਾਸ ਵਿੱਚ 50% ਤੋਂ ਜ਼ਿਆਦਾ ਪੈਸਟੀਸਾਈਡ ਸਾਰੇ ਦੇਸ਼ ਦਾ ਇਸਤੇਮਾਲ ਹੁੰਦਾ, ਔਰ ਉਹਦੇ ਵਿੱਚ ਕੀੜਾ ਸੀਗਾ ਬੋਲਵਾਰਮ, ਜਿਹਨੂੰ ਸੁੰਡੀ ਕਹਿੰਦੇ ਹਾਂ, ਉਹ ਹੁਣ ਬੜਾ ਮੇਜਰ ਇਨਸੈਕਟ ਬਣ ਚੁੱਕਿਆ, ਦੁਨੀਆ ਦਾ ਬਣ ਚੁੱਕਿਆ। ਇਹ ਵਾਈਟ ਫਲਾਈ ਜਿਹੜਾ ਕੀੜਾ ਹੈਗਾ, ਚਿੱਟਾ ਤੇਰਾ ਜਿਹਨੂੰ ਕਹਿੰਦੇ ਆ, ਜਿਹੜਾ ਆਇਆ ਹੈਗਾ, ਇੱਕ ਮੀਲੀ ਬਗ, ਦੋ ਹੈਗੇ, ਇਹ ਜਿਹੜੇ ਇੰਪੋਰਟੈਂਟ ਕੀੜੇ ਹੈਗੇ ਆ, ਇਹ ਪਹਿਲੇ ਤਾਂ ਖੈਰ ਇੰਪੋਰਟੈਂਟ ਨਹੀਂ ਸੀਗੇ, ਹੁਣ ਇੰਪੋਰਟੈਂਟ ਹੋ ਗਏ। ਇਹ ਪੈਸਟੀਸਾਈਡ ਦੇ ਉਪਯੋਗ ਜਾਂ ਦੁਰਉਪਯੋਗ ਨਾਲ ਇਹ ਬੜੇ ਹੈਗੇ, ਉਹਦੇ 'ਚੋਂ ਹੀ ਅੱਗੇ ਇਹਦੀ ਪ੍ਰੋਡਕਟ ਹੈਗੀ ਆ। ਹੁਣ ਇਹ ਜਿਹੜਾ ਪੰਜਾਬ ਹਰਿਆਣਾ 'ਚ ਹੋ ਰਿਹਾ, ਇਹਦਾ ਸਲਿਊਸ਼ਨ ਜਿਹੜਾ ਹੈਗਾ, ਜੀਂਦ ਦਾ ਇੱਕ ਏਰੀਆ ਹੈਗਾ, ਨਿਦਾਨਾ ਪਿੰਡ ਹੈਗਾ, ਉੱਥੇ 18 ਪਿੰਡਾਂ ਵਿੱਚ ਪਿਛਲੇ 10 ਸਾਲਾਂ ਤੋਂ ਔਰਤਾਂ ਝੂੰਡ ਕੱਢਿਆ ਹੋਇਆ, ਔਰਤਾਂ ਜਿਹੜੀ ਹੈਗੀਆਂ ਉਹ ਕੀੜੇ ਜਿਹੜੇ ਹੈਗੇ ਛਿੜਕਾਅ ਨਹੀਂ ਕਰਦੀਆਂ ਕਾਟਨ 'ਤੇ, ਉਹ ਕੀ ਕਰਦੀਆਂ, ਸਵੇਰੇ ਇੱਕ ਦਿਨ ਆਉਂਦੀਆਂ ਹਫ਼ਤੇ 'ਚ, ਸਵੇਰੇ 8 ਵਜੇ ਸਭ ਕੋਲ ਲੈਂਸ ਹੁੰਦਾ, ਔਰ ਉਹ ਕੀੜੇ ਲੱਭਦੀਆਂ ਕਿਹੜੇ ਕਿਹੜੇ ਹੈਗੇ ਆ ਉਹ 'ਚ। ਉਹਨਾਂ ਦਾ ਕਹਿਣਾ ਹੈਗਾ ਕਿ ਵੀ 2 ਤਰੀਕੇ ਦੇ ਕੀੜੇ ਹੁੰਦੇ ਆ, ਇੱਕ ਹੁੰਦੇ ਆ ਵੈਜੀਟੇਰੀਅਨ ਜੀ, ਜਿਹੜੇ ਕਿ ਪੱਤਿਆਂ ਨੂੰ ਖਾਂਦੇ ਆ, ਫੁੱਲਾਂ ਨੂੰ ਖਾਂਦੇ ਆ, ਉਹਨੂੰ ਖਾਂਦੇ, ਫਲ ਨੂੰ ਖਾਂਦੇ ਆ, ਉਹ ਨੁਕਸਾਨ ਕਰਦੇ ਆ ਜੀ ਜੀ। ਇੱਕ ਹੁੰਦੇ ਨੋਨ ਵੈਜੀਟੇਰੀਅਨ, ਨੋਨ ਵੈਜੀਟੇਰੀਅਨ ਹੁੰਦੇ ਜਿਹੜੇ ਉਹਨਾਂ ਨੂੰ ਖਾਂਦੇ ਆ, ਕੀੜਿਆਂ ਨੂੰ ਖਾਂਦੇ ਆ। ਅਸੀਂ ਜਦ ਛਿੜਕਾਅ ਕਰਦੇ ਹਾਂ, ਅਸੀਂ ਕੀੜਾ ਦੇਖਿਆ, ਛਿੜਕਾਅ ਕਰਦਾ, ਦੋਨੇ ਤਰ੍ਹਾਂ ਦੋਨੋਂ ਮਰ ਜਾਂਦੇ ਆ। ਉਹਨਾਂ ਨੇ ਦਿਖਾਤਾ ਹੁਣ ਜਿਹੜਾ ਹੁਣ ਸਭ ਜਗ੍ਹਾ ਹੋ ਰਿਹਾ ਨਾ, ਨੁਕਸਾਨ ਹੋ ਰਿਹਾ, ਉੱਥੇ 18 ਪਿੰਡਾਂ 'ਚ ਕੁਛ ਨਹੀਂ ਹੋ ਰਿਹਾ, ਕਿਉਂਕਿ ਉਹ ਕੀ ਕਿਹਾ, ਜਿਹੜੇ ਦੂਜੇ ਕੀੜੇ ਹੈਗੇ ਦੋ, ਜਿਹਨੂੰ ਈਰੋ ਔਰ ਇਨੋ ਕਹਿੰਦੇ ਆ, ਉਹ ਕੀੜੇ ਅੰਡਾ ਦਿੰਦੇ ਆ ਉਹ ਵਾਈਟ ਫਲਾਈ ਦੇ ਅੰਦਰ ਬਾਡੀ ਵਿੱਚ ਜੀ ਜੀ। ਉਹ ਬੱਚਾ ਉੱਥੇ ਹੁੰਦਾ ਔਰ ਉਹ ਖਾ ਜਾਂਦਾ ਅੰਦਰੋਂ ਕੀੜੇ ਉਹਨੂੰ, ਵਾਈਟ ਫਲਾਈ ਨੂੰ, ਉਹਨਾਂ ਕੀੜੇ ਜਿਹੜਾ ਹੈ ਕੰਟਰੋਲ 'ਚ ਰਹਿੰਦੇ ਆ। ਅਤੇ ਮੇਰਾ ਕਹਿਣਾ ਕਿ ਜੇ ਪੈਸਟੀਸਾਈਡ ਨਾ ਛਿੜਕਦੇ ਤਾਂ ਤੁਹਾਡੀ ਪ੍ਰੋਬਲਮ ਨਹੀਂ ਹੋਣੀ ਸੀ, ਹੁਣ ਵੀ ਅਸੀਂ ਉਹਨੂੰ ਵਾਪਸ ਲੈ ਕੇ ਜਾ ਸਕਦੇ ਹਾਂ, ਇਹ ਬੜਾ ਇੰਪੋਰਟੈਂਟ ਜਿਹੜਾ ਡਾਕਟਰ ਸਾਹਿਬ, ਬੜਾ ਇੰਪੋਰਟੈਂਟ ਮੁੱਦਾ ਹੈ, ਇਸ ਮੁੱਦੇ 'ਤੇ ਸਾਡੀ ਮਜ਼ਬੂਰੀ ਹੈ, ਅਸੀਂ ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਦੇ ਲਈ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਧਰਤੀ 'ਤੇ ਚਾਹੇ ਕਿਸਾਨ ਆ ਉਹਦੀ ਤਬਾਹੀ ਹੋ ਰਹੀ ਹੈ, ਇਹਨਾਂ ਮੁੱਦਿਆਂ 'ਤੇ ਕੀ ਹੋ ਸਕਦਾ, ਕਿਸਾਨ ਕਿਵੇਂ ਸੋਚਦੇ ਆ, ਸਾਡੇ ਵਿਸ਼ੇਸ਼ਗ ਕਿੱਦਾਂ ਸੋਚਦੇ ਆ, ਚਰਚਾ ਕਰਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਐਗਰੀਕਲਚਰ ਨਾਲ ਜੁੜੇ ਵੱਖ ਵੱਖ ਮੁੱਦਿਆਂ 'ਤੇ। ਸ਼ਰਮਾ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਇਸ ਮੁੱਦੇ 'ਤੇ ਲੈ ਰਹੇ ਸੀ ਕਿ ਖਾਸ ਤੌਰ 'ਤੇ ਹਰਿਆਣਾ ਦੇ ਅੰਦਰ 10-12 ਪਿੰਡ ਇਹੋ ਜਿਹੇ ਨੇ ਤਜਰਬਾ ਕੀਤਾ ਕਿ ਵੀ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੇ, ਕੀੜਿਆਂ ਨੂੰ ਮਾਰਿਆ ਜਾਵੇ। ਇੱਦਾਂ ਦੀ ਜਿਹੜੀ ਗੱਲ ਹੁਣ ਉਹਨਾਂ ਨੇ ਆਪਣੇ ਆਪ ਨੂੰ ਲਿਆਂਦੀ ਹੈ ਸਾਹਮਣੇ ਕਿ ਸਾਡੇ ਜਿਹੜੇ ਐਗਰੀਕਲਚਰ ਮਾਹਰ ਹੈਗੇ ਹੈ ਉਹਨਾਂ ਨੇ ਜਿਹੜਾ ਖਦਸ਼ਾ ਆਪਾਂ ਪ੍ਰਗਟ ਕਰ ਰਹੇ ਹਾਂ, ਪਹਿਲਾਂ ਕਿਉਂ ਨਹੀਂ ਸਾਡੇ ਧਿਆਨ 'ਚ ਆਇਆ? ਦੇਖੋ, ਗੱਲ ਇਹ ਕਿ ਸਾਡੇ ਪ੍ਰੋਬਲਮ ਹੈ ਕਿ ਐਗਰੀਕਲਚਰ ਯੂਨੀਵਰਸਿਟੀਜ਼, ਮੈਂ ਵੀ ਉਹਨਾਂ ਦਾ ਸਟੂਡੈਂਟ ਰਿਹਾ ਹੈ ਜੀ, ਸਾਡੇ ਪ੍ਰੋਬਲਮ ਹੈ ਕਿ ਅਸੀਂ ਸਿਰਫ ਜਿਸ ਤਰ੍ਹਾਂ ਡਾਕਟਰ ਨੇ ਪਹਿਲੇ ਕਿਹਾ, ਅਸੀਂ ਉਸੀ ਸੋਚ ਨਾਲ ਚੱਲਦੇ ਹਾਂ ਕਿ ਪੈਸਟੀਸਾਈਡ ਨਹੀਂ ਛਿੜਕਾਂਗੇ ਤਾਂ ਕੀੜੇ ਕੰਟਰੋਲ ਨਹੀਂ ਹੋਣਗੇ, ਫਰਟੀਲਾਈਜ਼ਰ ਨਹੀਂ ਪਾਓਗੇ ਤਾਂ ਪੈਦਾਵਾਰ ਨਹੀਂ ਬੜੇਗੀ ਜੀ ਜੀ। ਇਹ ਸਾਨੂੰ ਸਿਖਾਇਆ ਗਿਆ ਹੈਗਾ, ਸਾਡੀ ਓਰੀਐਂਟੇਸ਼ਨ ਉਸ ਤਰ੍ਹਾਂ ਹੋ ਜਾਂਦੀ ਹੈ। ਲੇਕਿਨ ਹੁਣ ਜੇਕਰ ਕਿਸਾਨ ਇਹ ਕਰ ਰਿਹਾ, ਇਹ ਆਲਟਰਨੇਟਿਵ ਸਿਸਟਮ ਹੈਗੇ ਆ ਔਰ ਐਗਜ਼ਿਸਟ ਕਰਦੇ ਔਰ ਸਕਸੈਸਫੁਲ ਹੈਗੇ ਆ, ਕਿਉਂਕਿ ਦੇਖੋ ਨਾ 10 ਸਾਲ ਹੋ ਗਏ ਕਰਦੇ ਉਹਨਾਂ ਨੂੰ। ਇੱਕ ਡਾਕਟਰ ਸੁਰਿੰਦਰ ਦਲਾਲ ਸੀਗੇ ਜਿਨ੍ਹਾਂ ਨੇ ਕੀਤਾ ਸੀਗਾ, ਹੁਣ ਤਾਂ ਨਹੀਂ ਰਹੇ, ਲੇਕਿਨ ਉਹ ਕਰ ਗਏ, ਪੂਰੀ ਟ੍ਰੇਨਿੰਗ ਕਰ ਗਏ ਲੋਕਾਂ ਦੀ। ਹੁਣ ਜੇ ਕਰ ਰਹੇ ਤਾਂ ਸਾਨੂੰ ਸਾਇੰਟਿਸਟਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ, ਸਾਨੂੰ ਜਾਣਾ ਚਾਹੀਦਾ, ਉਹਨਾਂ ਤੋਂ ਸਿੱਖਣਾ ਚਾਹੀਦਾ। ਨੈਸ਼ਨਲ ਸੈਂਟਰ ਫਾਰ ਇੰਟੈਗ੍ਰੇਟਿਡ ਪੈਸਟ ਮੈਨੇਜਮੈਂਟ ਹੈਗਾ ਦਿੱਲੀ ਵਿੱਚ, ਉਹਨਾਂ ਨੇ ਆ ਕੇ ਰਿਸਰਚ ਕੀਤੀ, ਉਹਨਾਂ ਨੇ ਕਿਹਾ ਜੀ ਬਿਲਕੁਲ ਠੀਕ ਕਰੇ। ਓਕੇ, ਜੇ ਉਹ ਵੀ ਅਪਰੂਵ ਕਰਦੇ ਆ ਤਾਂ ਸਾਡੀ ਪੰਜਾਬ ਹਰਿਆਣਾ ਸਰਕਾਰ
ਕਿਉਂ ਨਹੀਂ ਕਰ ਸਕਦੇ, ਐਕਸੈਪਟ ਕਰ ਸਕਦੇ? ਜਿੱਦਾਂ ਜੀ ਮੈਂ ਇਹਦੇ ਬਾਰੇ, ਕਿਉਂਕਿ ਤੁਹਾਡਾ ਤਾਂ ਫਾਰਮਰਸ ਨਾਲ ਵੀ ਨੇੜਤਾ ਰਾਬਤਾ ਹੈ ਔਰ ਮਾਹਰਾਂ ਦੇ ਨਾਲ ਵੀ ਨੇੜਲਾ ਰਾਬਤਾ, ਕੀ ਲੱਗਦਾ ਕਿ ਸਾਡੇ ਜਿਹੜੇ ਐਗਰੀਕਲਚਰ ਮਾਹਰ ਹੈ ਜਾਂ ਐਕਸਪਰਟ ਹੈ ਉਹ ਫਾਰਮਰਸ ਦੇ ਨਾਲੋਂ ਇੰਨਾ ਟੁੱਟ ਗਿਆ ਕਿ ਉਹਨਾਂ ਨੂੰ ਗਰਾਊਂਡ ਰਿਐਲਿਟੀ 'ਤੇ ਜਾ ਕੇ ਸਮਝਾਉਣ ਦੇ ਸਮਰੱਥ ਨਹੀਂ ਜਾਂ ਲੋਕਾਂ ਦਾ ਭਰੋਸਾ ਨਹੀਂ ਰਿਹਾ ਉਹਨਾਂ 'ਚ? ਇਹ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ। ਮੈਂ ਇੱਕ ਸਾਇੰਟਿਸਟ ਨੂੰ ਪੁੱਛਿਆ, ਮੈਂ ਇਹ ਐਵਰੇਜ ਨਹੀਂ ਕਹਿ ਸਕਦੇ ਅਸੀਂ ਜੀ, ਇੱਕ ਸਾਇੰਟਿਸਟ ਪੁੱਛਿਆ ਕਿ ਮੈਂ ਕਿਹਾ ਤੁਸੀਂ ਪਿਛਲੀ ਵਾਰ ਪਿੰਡ ਕਦ ਗਏ ਸੀ? ਉਹਨੇ ਕਿਹਾ 30 ਸਾਲ ਹੋ ਗਏ। ਓਕੇ, ਜੇ ਐਗਰੀਕਲਚਰ ਸਾਇੰਟਿਸਟ ਦਾ ਅਗਰ ਇਹ ਹਾਲ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿੰਨਾ ਬੜਾ ਡੀਲਿੰਗ ਹੋ ਚੁੱਕਿਆ। ਮੈਂ ਨਹੀਂ ਕਹਿ ਰਿਹਾ ਕਿ ਸਾਰੇ 30 ਸਾਲ ਤੱਕ ਹੋਣਗੇ, ਪਰ ਮੈਂ ਜੀ ਐਗਜ਼ਾਮਪਲ ਦੇ ਰਿਹਾ, ਪਰ ਇੱਕ ਹਾਲਤ ਹੈ, ਇੱਕ ਹਾਲਤ ਐਸੀ ਹੈਗੀ ਹੈ। ਇਹ ਜਿਹੜਾ ਹੈ ਨਾ ਕਿ ਕੰਪਿਊਟਰ ਟਰਮੀਨਲ ਤੇ ਬੈਠ ਕੇ ਤੁਸੀਂ ਰਿਸਰਚ ਕਰਦੇ ਰਹਿੰਦੇ ਹੋ, ਇਹ ਉਧਰ ਉਹਦਾ ਹੀ ਇੰਪਲੀਕੇਸ਼ਨ ਹੈ ਕਿ ਸਾਨੂੰ ਪਤਾ ਹੀ ਨਹੀਂ ਹੈ ਦੇਸ਼ ਦੁਨੀਆ 'ਚ ਕੀ ਹੋ ਰਿਹਾ। ਹੁਣ ਪੰਜਾਬ ਦੇ ਲੋਕੀ, ਹਰਿਆਣਾ ਦੇ ਲੋਕੀ ਤੁਹਾਨੂੰ ਹੈਰਾਨ ਹੋਏਗੇ, ਹਰਿਆਣਾ ਦੇ ਲੋਕੀ ਨੂੰ ਆਪਣੇ ਹਰਿਆਣਾ 'ਚ ਨਹੀਂ ਪਤਾ ਕਿ ਇਹ ਜੀਂਦ ਵਿੱਚ ਹੋ ਰਿਹਾ, ਤੁਹਾਨੂੰ ਹੈਰਾਨ ਕੀ ਹੋਏਗੀ ਜੀਂਦ ਡਿਸਟ੍ਰਿਕਟ ਦਾ ਇੱਕੋ ਡਿਸਟ੍ਰਿਕਟ ਹੈਗੀ ਹਰਿਆਣਾ ਦੀ ਜਾਂ ਪੰਜਾਬ ਦੀ ਕਹਿ ਲਓ, ਦੋਨੋਂ ਮਿਲਾ ਲਈ ਇਲਾਕੇ ਜਿਹਦੇ 60% ਪੈਸਟੀਸਾਈਡ ਦੀ ਖਪਤ ਘੱਟ ਹੋ ਗਈ ਹੈ। ਓਕੇ, ਸਿਰਫ ਉਸ 18 ਪਿੰਡ ਦੇ ਜੋ ਕੀਤਾ ਉਹਦੇ ਕਰਕੇ। ਇਹ ਬਹੁਤ ਬੜੀ ਗੱਲ ਹੈ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਔਰ ਅਸੀਂ ਉਸ ਪਾਸੇ ਵੱਲ ਨੂੰ ਲੈ ਕੇ ਵੀ ਨਹੀਂ ਜਾ ਰਹੇ। ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ? ਤੁਸੀਂ ਫਾਰਮਰਸ ਦੇ ਨਾਲ ਪਿੰਡਾਂ 'ਚ ਵੀ ਜਾਂਦੇ ਹੋ, ਹਮੇਸ਼ਾ ਵਾਹ ਪੈਂਦਾ ਜਿਹੜਾ ਹੈਗਾ ਜੋ ਸਾਡਾ ਐਗਰੀਕਲਚਰ ਦਾ ਰੋਲ, ਜਿਹੜੀ ਤੁਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਜਿਹੜਾ ਹੈਗਾ, ਹੁਣ ਕਿਉਂ ਇਹ ਚੇਂਜ ਆ ਗਈ ਜੀ ਕਿ ਹੁਣ ਉਹ ਭਰੋਸਾ ਜਾਂ ਗਰਾਊਂਡ ਲੈਵਲ 'ਤੇ ਜਾ ਕੇ ਕੰਮ ਕਿਉਂ ਨਹੀਂ ਰਿਹਾ? ਜਿਹੜੀ ਗੱਲ ਤੁਸੀਂ ਸਾਇੰਟਿਸਟ ਦੀ ਕਰਦੇ ਹੋ, ਜਿਸ ਤਰ੍ਹਾਂ ਸਾਡੇ ਕੋਲ ਇੱਕੋ ਯੂਨੀਵਰਸਿਟੀ ਹੈ ਖੇਤੀਬਾੜੀ ਦੀ, ਪੀਏ ਜੋ ਲੁਧਿਆਣਾ, ਜਿਹੜੇ ਉੱਥੇ ਸਾਇੰਟਿਸਟ ਨੇ ਜਾਂ ਉੱਥੇ ਰਿਸਰਚਰ ਨੇ, ਇਹ ਉਹ ਕਿੰਨਾ ਕੁ ਕੰਮ ਕਰਨਗੇ, ਉਹਦੀ ਕਪੈਸਿਟੀ ਕਿੰਨੀ ਕੁ ਹੋਊਗੀ, ਉਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਕਿ ਕਈ ਵਾਰੀ ਉਹਨਾਂ ਨੂੰ ਜਿਹੜੇ ਬੰਦੇ ਰਿਟਾਇਰ ਹੋ ਗਏ ਪੈਨਸ਼ਨ ਦੇਣ ਲਈ ਨਹੀਂ, ਕਈ ਵਾਰੀ ਤਨਖਾਹ ਵੀ ਲੇਟ ਹੁੰਦੀ ਹੈ, ਰਿਸਰਚ ਅਤੇ ਡਿਵੈਲਪਮੈਂਟ ਲਈ ਜਿਹੜਾ ਪੈਸਾ ਖਰਚਣਾ ਇਹ ਉਹ ਵੀ ਬਹੁਤ ਘੱਟ ਹੈ, ਅਤੇ ਫਿਰ ਐਕਸਟੈਂਸ਼ਨ ਸਰ ਉਸ ਦਾ ਨਾਂ ਨਾਲ ਦੀ ਉਹ ਹੈ ਕਿ ਲੋਕਾਂ ਤੱਕ ਜਾਣ ਆਉਣ, ਜਾਂ ਜਿਸ ਤਰ੍ਹਾਂ ਸ਼ਰਮਾ ਜੀ ਨੇ ਕਿਹਾ 30 ਸਾਲ ਹੋ ਗਏ ਬੰਦੇ ਨੂੰ ਗਏ ਨੂੰ, ਇਸ ਤਰ੍ਹਾਂ ਅੱਗੇ ਤੁਹਾਨੂੰ ਫੀਲਡ ਦੇ ਵਿੱਚ ਮਿਲਦੇ ਹੁੰਦੇ ਸੀ ਜਾ ਕੇ ਕੰਮ ਕਰਦੇ, ਪਰ ਉਹ ਨਹੀਂ ਜਾ ਰਹੇ ਕਿਉਂਕਿ ਸਾਡੀ ਮਤਲਬ ਜਿਹੜੀ ਹੈ ਸਰਕਾਰ ਦੀਆਂ ਪਾਲਿਸੀਆਂ ਇਹੋ ਜਿਹੀਆਂ ਨੇ ਕਿ ਅਸੀਂ ਉੱਥੇ ਤੱਕ ਨਹੀਂ ਜਾਣਾ, ਅਸੀਂ ਸਾਰਾ ਰਿਸਰਚ ਅਤੇ ਡਿਵੈਲਪਮੈਂਟ ਦਾ ਕੰਮ ਜਿਹੜਾ ਪ੍ਰਾਈਵੇਟ ਸੈਕਟਰ ਨੂੰ ਦੇਣਾ, ਤਾਂ ਕਿ ਉਹਨਾਂ ਦੇ ਨਫੇ ਵਧਣ ਅਤੇ ਕਾਰਪੋਰੇਸ਼ਨਾਂ ਦਾ ਇਹਦੇ ਕਬਜ਼ਾ ਹੋਵੇ। ਡਾਕਟਰ ਸਾਹਿਬ ਇਹ ਇੱਕ ਵੱਡੀ ਸਮੱਸਿਆ, ਜਿੱਦਾਂ ਤੁਸੀਂ ਗੱਲ ਕੀਤੀ ਕਿ ਬਜਟ ਦੀ ਵੀ ਆਪਣੇ ਅੱਜ ਬਹੁਤ ਵੱਡੀ ਸਮੱਸਿਆ ਕਿ ਯੂਨੀਵਰਸਿਟੀਆਂ ਕੋਲ ਜਿਹੜਾ ਖੋਜ ਲਈ ਜਾਣ ਲਈ ਬਜਟ ਚਾਹੀਦਾ ਉਹ ਬਜਟ ਹੀ ਨਹੀਂ ਹੈ। ਮੈਂ ਇੱਕ ਐਡ ਕਰ ਦਵਾਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੈਂ ਸਟੇਟਮੈਂਟ ਦੇਖ ਰਿਹਾ ਸੀਗਾ, 60% ਜਿਹੜਾ ਸਟਾਫ ਹੈਗਾ ਉਹ ਖਾਲੀ ਪਈਆਂ ਪੋਸਟਾਂ, ਖਾਲੀ ਪਈਆਂ, ਹਾਂਜੀ ਪੈਸਾ ਨਹੀਂ ਹੈਗਾ। 60% ਅਗਰ ਸਾਇੰਟਿਸਟ ਘੱਟ ਹੋਣਗੇ ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ? ਜੀ, ਪੀਏਯੂ ਨਾਲ ਰਿਲੇਟਡ ਹੀ ਮੈਂ ਇਹ ਵੀ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ ਕਿ ਜਿਹੜੀ ਮੁਰਲੀ ਮਨੋਹਰ ਜੋਸ਼ੀ ਦੀ ਰਿਪੋਰਟ ਆਈ ਹੈ ਉਹਦੇ ਯੂਨੀਵਰਸਿਟੀ ਦੇ ਜਿਹੜੇ ਐਕਸਪਰਟ ਹੈਗੇ ਆ ਉਸਦੇ ਬਿਲਕੁਲ ਉਹਨੂੰ ਕੰਟਰਡਿਕਟ ਕਰ ਰਹੇ ਜੀ, ਕਹਿੰਦੇ ਜੀ ਪੰਜਾਬ 'ਤੇ ਰਿਪੋਰਟ ਲਾਗੂ ਨਹੀਂ ਹੁੰਦੀ। ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਅਸੀਂ ਸ਼ਾਇਦ ਆਪਣੇ ਆਪਣਾ ਡਿਫੈਂਡ ਜ਼ਿਆਦਾ ਕਰ ਰਹੇ ਹਾਂ। ਸੱਚਾਈ ਹੈ ਕਿ ਮੁਰਲੀ ਮਨੋਹਰ ਜੋਸ਼ੀ ਦੀ ਕਮੇਟੀ ਰਿਪੋਰਟ ਜਿਹੜੀ ਹੈਗੀ ਉਹ ICR ਦੇ ਪੁਰਾਣੇ ਜਿਹੜੇ ਡਾਇਰੈਕਟਰ ਜਨਰਲ ਸੀਗੇ ਡਾਕਟਰ ਮੰਗਲਾ ਰਾਏ, ਉਹਨਾਂ ਦੇ ਐਨਾਲਿਸਿਸ ਦੇ ਉੱਪਰ ਪੇਸ਼ ਆਏ। ਤਾਂ ICR ਦੇ ਅਗਰ ਡਾਇਰੈਕਟਰ ਜਨਰਲ ਨੂੰ ਨਹੀਂ ਪਤਾ ਤਾਂ ਫਿਰ ਮਤਲਬ ਤੁਸੀਂ ਮੰਨ ਸਕਦੇ ਹੋ ਕਿ ਫਿਰ ਕਿਹੜਾ ਪਤਾ? ਹਾਂਜੀ, ਲੇਕਿਨ ਉਹ ਇਹ ਯੂਨੀਵਰਸਿਟੀ ਕਹਿ ਰਹੀ ਹੈ ਕਿ ਕਿ ਜਿਹੜਾ ਇਹ ਸਾਡਾ ਤੁਸੀਂ ਕਿਹਾ 39:4 ਜੋ ਵੀ ਉਹਨਾਂ ਨੇ ਰੇਸ਼ੋ ਦਿੱਤੀ ਹੈ, ਰੇਸ਼ੋ ਬਣਾਈ ਹੈ, ਉਹ ਪੰਜਾਬ 'ਤੇ ਲਾਗੂ ਨਹੀਂ ਹੁੰਦੀ ਕਿਉਂਕਿ ਪੰਜਾਬ ਦੀ ਸੋਇਲ ਕੰਡੀਸ਼ਨ ਡਿਫਰੈਂਟ ਹੈਗੀ, ਸੋਇਲ ਜਿਹੜੀ ਰਿਕੁਆਇਰਮੈਂਟ ਉਹ ਡਿਫਰੈਂਟ ਹੈਗੀ ਹੈ। ਇਹ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਕਿਉਂਕਿ ਹੋਣਾ ਚਾਹੀਦਾ ਸੀਗਾ 4:2:1, ਯਾਨੀ 4 ਦੀ ਮਾਤਰਾ ਹੋਣੀ ਚਾਹੀਦੀ ਸੀਗੀ ਨਾਈਟ੍ਰੋਜਨ ਦੀ, 2 ਦੀ ਹੋਣੀ ਚਾਹੀਦੀ ਫੋਸਫੋਰਸ ਦੀ, 1 ਹੋਣੀ ਚਾਹੀਦੀ ਸੀਗੀ ਪੋਟਾਸ਼ ਦੀ। ਹੁਣ ਜਸਟੀਫਾਈ ਕਰ ਰਹੇ ਕਿ ਸਾਡਾ 39 ਜਿਹੜਾ ਹੈਗਾ ਯੂਰੀਆ ਨਾਈਟ੍ਰੋਜਨ ਜਿਹੜਾ ਹੈਗਾ ਉਹ ਵੀ ਠੀਕ ਹੈ। ਜਿਸ ਟਾਈਮ ਇਹ ਦੇਸ਼ ਦੇ ਉੱਪਰ ਲਾਗੂ ਹੋਏ ਸੀਗੇ ਜੇ ਇੰਨੀ ਐਵਰੇਜ ਹੋਣੀ ਚਾਹੀਦੀ ਹੈ, ਤਾਂ ਪੰਜਾਬ ਨੇ ਕਦੇ ਨਹੀਂ ਕਿਹਾ ਕਿ ਸਾਡੇ ਵਾਸਤੇ ਗਲਤ ਹੈ। ਪਹਿਲੀ ਵਾਰੀ ਮੇਰੇ ਖਿਆਲ ਹੁਣ ਕਹਿ ਰਿਹਾ ਕਿਉਂਕਿ ਫਸਟ ਟਾਈਮ ਮੈਂ ਕਿ ਐਕਸਪਰਟ ਇਹ ਕਹਿ ਰਿਹਾ ਕਿ ਸਾਡੇ ਤੇ ਲਾਗੂ ਨਹੀਂ ਹੁੰਦਾ, ਉਹ ਪਹਿਲੇ ਕਿਸਾ ਲਾਗੂ ਹੋ ਗਿਆ ਸੀ? ਮੈਂ ਪੁੱਛਣਾ ਚਾਹੁੰਦਾ ਕਿ ਜੇ ਪਹਿਲੇ ਤੁਸੀਂ ਐਕਸੈਪਟ ਕਰ ਲਿਆ ਸੀਗਾ ਤਾਂ ਤੁਸੀਂ ਕਦੇ ਉਹ ਅੱਜ ਤੱਕ ਇਸ਼ਾਰਾ ਨਹੀਂ ਕੀਤਾ ਕਿ ਸਾਡੇ ਇੱਥੇ ਨਾਈਟ੍ਰੋਜਨ ਜ਼ਿਆਦਾ ਪਾਉਣਾ ਚਾਹੀਦਾ, ਤਾਂ ਨਹੀਂ ਕਿਹਾ? ਹੁਣ ਤੁਸੀਂ ਕਹਿ ਰਹੇ ਹੋ, ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੀ ਕੰਡੀਸ਼ਨ ਡਿਫਰੈਂਟ ਹੈ, ਮਤਲਬ ਆਪਣੇ ਆਪ ਨੂੰ ਡਿਫੈਂਡ ਕਰਨ ਤੋਂ ਜਿਸ ਤਰ੍ਹਾਂ ਹੁੰਦਾ ਨਾ ਪਾਰਟੀ ਦਾ ਸਪੋਕਸਪਰਸਨ ਆ ਕੇ ਟੀਵੀ 'ਚ ਡਿਫੈਂਡ ਕਰਦੇ ਆ, ਸਾਨੂੰ ਸਾਇੰਟਿਸਟਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਜੀ ਜੀ, ਸਾਨੂੰ ਡਿਫੈਂਡ ਕਰਨ ਦੀ ਆਦਤ ਹੈ, ਅੱਜ ਦਾ ਇਸ਼ੂ ਨਹੀਂ ਹੈ। ਜਦੋਂ ਦੀਨਾਨਗਰ ਦੇ 'ਚ ਅਟੈਕ ਹੋਇਆ
ਬਜਾਏ ਇਸ ਦੇ ਕੇ ਵੀ ਅਸੀਂ ਗੱਲ ਕਰਕੇ ਵੀ ਸਾਡੀ ਸਿਕਿਉਰਿਟੀ ਦੇ ਕਿੱਥੇ ਕਿੱਥੇ ਲੈਸ ਹੈ, ਅਸੀਂ ਥਾਪੜੇ ਦੇਣੇ ਸ਼ੁਰੂ ਕਰ ਦਿੱਤੇ ਕਿ ਵੀ ਅਸੀਂ ਬਹੁਤ ਚੰਗਾ ਕੰਮ ਕੀਤਾ। ਡਾਕਟਰ ਸਾਹਿਬ, ਮੈਂ ਇਸ ਮੁੱਦੇ 'ਤੇ ਜਿਹੜੀ ਰਿਪੋਰਟ ਦੇ 'ਚ ਆਈ ਆ ਉਹਦੇ ਨਾਲ ਹੋਰ ਇੱਕ ਇਸ਼ੂ ਤੁਹਾਡੇ ਨਾਲ ਸ਼ੇਅਰ ਕਰਨਾ, ਉਹ ਔਰਗੈਨਿਕ ਖੇਤੀ ਦਾ। ਉਹਨਾਂ ਦਾ ਕਹਿਣਾ ਕਿ ਵੀ ਅਗਰ ਔਰਗੈਨਿਕ ਖੇਤੀ ਦੇ ਵੱਲ ਫਾਰਮਰਸ ਨੂੰ ਜੋੜਿਆ ਜਾਏ ਤਾਂ ਜਿੱਦਾਂ ਆਪਾਂ ਗੱਲ ਕਰਦੇ ਬੰਜਰ ਧਰਤੀ ਦੀ ਗੱਲ ਆ, ਜਿੱਦਾਂ ਹੈਲਥ ਦੀ ਤੁਸੀਂ ਵੀ ਗੱਲ ਕੀਤੀ ਹੈ, ਉਹਦੇ ਤੋਂ ਬਚਾਅ ਹੋ ਸਕਦਾ, ਪਰ ਕੀ ਇਹ ਪੋਸੀਬਲ ਹੈਗਾ ਸਰਕਾਰ ਦੀ ਹੈਲਪ ਦੇ ਵਿੱਚ? ਫਾਰਮਰ ਕਿੱਦਾਂ ਜਾਏਗਾ ਔਰਗੈਨਿਕ ਖੇਤੀ ਵੱਲ? ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦ ਅਸੀਂ 60ਵਿਆਂ ਦੇ ਵਿੱਚ ਨਵੀਂ ਐਗਰੀਕਲਚਰ ਸਟ੍ਰੈਟੇਜੀ ਵੱਲ ਗਏ ਹਾਂ, ਜਿਹੜੀ ਕੈਮੀਕਲ ਬੇਸਡ ਸੀ, ਅਤੇ ਉਹ ਨਾ ਤਾਂ ਉਹ ਪ੍ਰੋ ਪੀਪਲ ਮਾਡਲ ਸੀ, ਨਾ ਪ੍ਰੋ ਫਾਰਮਰ ਸੀ, ਨਾ ਪ੍ਰੋ ਨੇਚਰ ਸੀ। ਜੀ ਜੀ, ਜੇ ਅਸੀਂ ਇੱਧਰ ਨੂੰ ਆਉਣਾ ਤਾਂ ਇੱਧਰ ਨੂੰ ਅਸੀਂ ਰਿਸਰਚ ਐਂਡ ਡਿਵੈਲਪਮੈਂਟ 'ਤੇ ਪੈਸਾ ਖਰਚ ਸਕਦੇ ਹਾਂ, ਅਤੇ ਕਾਫ਼ੀ ਕਾਮਯਾਬੀਆਂ ਮਿਲੀਆਂ ਅਤੇ ਹੋਰ ਕਾਮਯਾਬੀਆਂ ਆਉਣ ਵਾਲੇ ਟਾਈਮ 'ਚ ਮਿਲ ਸਕਦੀਆਂ ਨੇ। ਜੀ ਜੀ, ਜਿਸ ਤਰ੍ਹਾਂ ਸ਼ਰਮਾ ਜੀ ਗੱਲ ਕਰ ਰਹੇ ਸੀ ਕੋਟਨ ਬੈਲਟ ਦੀ ਜਾਂ ਮਤਲਬ ਕੈਂਸਰ ਪੱਟੀ ਦੀ, ਮੈਨੂੰ ਤਾਂ ਲੱਗਦਾ ਕਿ ਸਾਰਾ ਪੰਜਾਬ ਏ ਉਸ ਪੱਟੀ ਨੇ ਕਵਰ ਕਰ ਲਿਆ। ਪਹਿਲਾਂ ਤਾਂ ਇਕੱਲੇ ਬੀਕਾਨੇਰ ਦੇ ਟ੍ਰੇਨ ਨੂੰ ਉਹ ਕਹਿੰਦੇ ਸੀ, ਉਹ ਤਾਂ ਸਾਰਾ ਪੰਜਾਬ ਏ ਅਸੀਂ ਲੈ ਲਏ, ਮਾਲਵਾ ਮਾਝਾ ਦੁਆਬਾ ਸਾਰੇ ਬਰਾਬਰ ਨੇ, ਇਨਸੈਕਟੀਸਾਈਡ ਪੈਸਟੀਸਾਈਡ ਤੱਕ ਨਹੀਂ ਖੜੇ। ਅਸੀਂ ਤਾਂ ਪੰਜਾਬ ਦੀ ਵੱਡੀ ਇੰਪਲਾਇਮੈਂਟ ਵੀ ਖਾ ਲਈ ਹਰਬੀਸਾਈਡ ਦੇ ਯੂਜ਼ ਨਾਲ, ਨਦੀਨ ਨਾਸ਼ਕ ਨਾਲ, ਅਤੇ ਨਾਲ ਉਹ ਕੈਮੀਕਲ ਇੰਨਾ ਵਧਾਤਾ ਹੈ ਕਿ ਜਿਹੜਾ ਸਾਡੇ ਗੋਡੀ ਦਾ ਕੰਮ 6 ਤੋਂ 8 ਮਹੀਨੇ ਚੱਲਦਾ ਸੀ, ਉਹ ਤਾਂ ਸਾਡਾ ਆਲਮੋਸਟ ਖਤਮ ਹੋ ਗਿਆ, ਅਤੇ ਕੈਮੀਕਲ ਅਸੀਂ ਉਹ ਐਡੀਸ਼ਨਲ ਐਡ ਕਰ ਲਿਆ, ਉਹਦੇ ਨਾਲ ਸਾਡੇ ਕੋਲ ਕੈਂਸਰ ਵੀ ਆ ਰਹੀ ਹੈ, ਸਾਹ ਦੀਆਂ ਬਿਮਾਰੀਆਂ ਵੀ ਆ ਰਹੀਆਂ, ਸਕਿਨ ਦੀਆਂ ਬਿਮਾਰੀਆਂ ਵੀ ਆ ਰਹੀਆਂ, ਇਸ ਲਈ ਸਾਨੂੰ ਨੇਚਰ ਪੰਜਾਬ ਦਾ ਬਿਲ ਜੂਤ ਹੈ, ਉਹਦੀ ਬਜਾਏ ਜਿਹੜੇ ਡਰੱਗ ਲੈਣੇ ਸ਼ੁਰੂ ਕਰ ਦਿੱਤੇ ਫਾਰਮਰ ਦੀ, ਫਾਰਮਰ ਅਤੇ ਐਗਰੀਕਲਚਰ ਲੇਬਰਰ ਅਤੇ ਰੂਰਲ ਆਰਟੀਜ਼ਨ ਦੀ ਇੰਪਲਾਇਮੈਂਟ ਖੋਲ੍ਹੀ ਅਸੀਂ ਇਹਦੇ ਨਾਲ। ਦੂਜਾ, ਅਸੀਂ ਉਹਨਾਂ ਨੂੰ ਬਿਮਾਰੀਆਂ ਦਿੱਤੀਆਂ, ਹੈ ਨਾ ਜੀ, ਇਸ ਲਈ ਸਾਨੂੰ ਉੱਧਰ ਨੂੰ ਮੁੜਨ ਦੀ ਲੋੜ ਤਾਂ ਕਾਫ਼ੀ ਜ਼ਿਆਦਾ ਹੈਗੀ। ਓਕੇ ਓਕੇ, ਦਵਿੰਦਰ ਜੀ, ਔਰਗੈਨਿਕ ਜਿਹੜਾ ਫੀਲਡ ਹੈ ਬੜਾ ਇੰਪੋਰਟੈਂਟ ਹੈਗਾ ਇਸ ਮੁੱਦੇ 'ਤੇ, ਕੁਛ ਲੋਕਾਂ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ, ਕੁਛ ਫੈਸ਼ਨ ਦੇ ਤੌਰ 'ਤੇ ਵੀ ਗੱਲ ਕਹੀ ਜਾ ਰਹੀ ਹੈ, ਕੁਛ ਇੱਦਾਂ ਦੀਆਂ ਆਰਗੇਨਾਈਜੇਸ਼ਨ ਵੀ ਹੈਗੀਆਂ ਜਿਨ੍ਹਾਂ ਨੇ ਸਿਰਫ ਇਸ ਗੱਲ ਦਾ ਝੰਡਾ ਚੁੱਕਿਆ ਹੈਗਾ ਵੀ ਔਰਗੈਨਿਕ ਖੇਤੀ ਜਿਹੜੀ ਅਪਣਾਓ ਤਾਂ ਸਾਰੀ ਸਮੱਸਿਆ ਦਾ ਇਹ ਹੱਲ ਹੈਗਾ, ਤੁਸੀਂ ਕੀ ਕਹੋਗੇ? ਦੇਖੋ ਜੀ, ਇਹ ਦੋ ਗੱਲਾਂ, ਦੋ ਤਰੀਕੇ ਨਾਲ ਦੇਖਣ ਦੀ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਤਾਂ ਇੰਟਰਨੈਸ਼ਨਲੀ, ਇੰਟਰਨੈਸ਼ਨਲੀ 5-6-7 ਸਾਲ ਪਹਿਲੇ, ਮੇਰੇ ਖਿਆਲ 2007 ਜਾਂ 2006 ਦੀ ਰਿਪੋਰਟ ਹੈ, ਇੱਕ ਉਹਨਾਂ ਨੇ ਇੱਕ ਵਰਲਡ ਬੈਂਕ ਨੇ ਔਰ ਯੂਨਾਈਟਿਡ ਨੇਸ਼ਨ ਨੇ ਮਿਲਕਰ 400 ਸਾਇੰਟਿਸਟ ਦੁਨੀਆ 'ਚ ਚੁਣੇ, ਉਹਨਾਂ ਦੀ ਇੱਕ ਤੁਸੀਂ ਇੱਕ ਕਨਵੈਨਸ਼ਨ ਕੀਤਾ ਜਾਂ ਬਣਾਇਆ, ਉਹਨਾਂ ਦਾ ਇੱਕ ਸੈਟਅਪ ਬਣਾਇਆ, ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਕਈ ਸਾਲਾਂ ਦੇ ਰਿਸਰਚ ਦੇ ਬਾਅਦ। ਉਹਦਾ ਨਾਂ ਹੈਗਾ IAASTD, ਯਾਨੀ ਇੰਟਰਨੈਸ਼ਨਲ ਐਗਰੀਕਲਚਰ ਅਸੈਸਮੈਂਟ ਫੋਰ ਸਸਟੇਨੇਬਲ ਟੈਕਨੋਲੋਜੀ ਐਂਡ ਡਿਵੈਲਪਮੈਂਟ। ਜੀ ਜੀ, ਉਹ ਰਿਪੋਰਟ 'ਤੇ ਇੰਡੀਆ ਸਿਗਨੇਟਰੀ ਹੈ, ਉਹਦੇ ਵਿੱਚ ਕਿਹਾ ਗਿਆ ਕਿ ਬਿਜ਼ਨਸ ਐਜ਼ ਯੂਜੁਅਲ ਇਜ਼ ਨੋਟ ਦੀ ਵੇ ਫਾਰਵਰਡ। ਬਿਜ਼ਨਸ ਐਜ਼ ਯੂਜੁਅਲ ਮਤਲਬ ਜਿਹੜਾ ਅਸੀਂ ਕੈਮੀਕਲ ਫਰਟੀਲਾਈਜ਼ਰ, ਕੈਮੀਕਲ ਪੈਸਟ, ਉਹ ਇਹ ਕਹਿੰਦੇ ਆ ਕਿ ਵੀ ਤੁਸੀਂ ਔਰਗੈਨਿਕ ਜਾਓ, ਨੈਚੁਰਲ ਫਾਰਮਿੰਗ ਕਰੋ। ਉਹਨਾਂ ਨੇ ਇਸ ਵਿੱਚ ਇਸਟੈਬਲਿਸ਼ ਕੀਤਾ ਰਿਪੋਰਟ ਵਿੱਚ ਕਿ ਉਹ ਸਾਰਾ ਉਹਦਾ ਕੋਈ ਪੈਦਾਵਾਰ ਨਹੀਂ ਘੱਟ ਹੁੰਦੀ ਔਰ ਸਾਰੇ ਇਨਵਾਇਰਮੈਂਟ ਦੇ ਪ੍ਰੋਬਲਮ ਜਿਹੜੇ ਹੈਗੇ ਉਹ ਐਡਰੈਸ ਕਰਦਾ ਹੈ, ਪਲੱਸ ਗਲੋਬਲ ਵਾਰਮਿੰਗ ਨਹੀਂ ਹੁੰਦੀ ਹੈ। ਇਹ ਤਾਂ ਇੱਕ ਰਿਪੋਰਟ ਕਹਿ ਰਹੀ ਹੈ। ਦੂਸਰੀ ਗੱਲ, ਸਾਡੇ ਹਿੰਦੁਸਤਾਨ 'ਚ ਹੁਣੀ ਇੱਕ ਰਿਪੋਰਟ ਆਈ ਹੈ ਕੱਲ ਪਰਸੋਂ, ਉਹ ਕਹਿੰਦੀ ਹੈ ਕਿ 50% ਹਰ ਸਾਲ ਇਨਕਰੀਜ਼ ਹੋ ਰਹੀ ਹੈ ਔਰਗੈਨਿਕ ਫੂਡ ਦੀ। ਇਹਦਾ ਮਤਲਬ ਹੈ ਕਿ ਅਮੈਰੀਕਾ 'ਚ 11% ਹੋ ਰਹੀ ਹੈ, ਇੰਡੀਆ ਵਿੱਚ 50% ਹੋ ਰਹੀ ਹੈ, ਐਂਡ 4 ਸਾਲਾਂ ਵਿੱਚ ਡਬਲ ਹੋ ਗਿਆ। ਬੜੀ ਜ਼ਬਰਦਸਤ ਜਿਹੜੀ ਹੈ, ਬੜੀ ਜ਼ਬਰਦਸਤ। ਇਹ ਮਤਲਬ ਕਿ ਲੋਕ ਜਾਣ ਰਹੇ ਆ, ਲੋਕ ਪਛਾਣ ਰਹੇ ਆ, ਜਿੰਨਾ ਲੋਕ ਡਿਮਾਂਡ ਕਰਨਗੇ ਉਨਾ ਹੀ ਫਾਰਮਰ ਨੂੰ ਬਦਲਣਾ ਪਏਗਾ। ਜੀ ਜੀ, ਤੇ ਇਹ ਬੜਾ ਅੱਛਾ ਹੋ ਗਿਆ, ਕੰਜ਼ਿਊਮਰ ਡਿਮਾਂਡ ਕਰੇਗਾ ਤਾਂ ਫਾਰਮਰ ਕੋ ਕੋਈ ਚਾਰਾ ਨਹੀਂ ਹੋਏਗਾ। ਓਕੇ, ਇਸ ਮੁੱਦੇ ਡਾਕਟਰ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਹੋ? ਇਹ ਪਿਛਲੇ ਸਾਲ ਦੀ UNO ਦੀ ਰਿਪੋਰਟ ਹੈ, ਇਹ ਦੁਨੀਆ ਦੀ ਫੂਡ ਸਿਕਿਉਰਿਟੀ ਲਈ ਅਤੇ ਵਾਤਾਵਰਨ ਨੂੰ ਬਚਾਉਣ ਲਈ, ਉਹ 'ਚ ਉਹਨਾਂ ਨੇ ਕਿਹਾ ਕਿ ਫੈਮਿਲੀ ਫਾਰਮਿੰਗ ਹੀ ਇਹਦਾ ਹੱਲ ਹੈ, ਕਿਉਂਕਿ ਜਦੋਂ ਪਰਿਵਾਰ ਖੇਤੀ ਕਰਦੇ ਨੇ ਉਹ ਖੇਤ ਨਾਲ ਵੀ ਜੁੜੇ ਹੁੰਦੇ ਆ, ਉਹ ਜ਼ਮੀਨ ਨਾਲ ਵੀ ਜੁੜੇ ਹੁੰਦੇ ਆ, ਉਹ ਵਾਤਾਵਰਨ ਨਾਲ ਵੀ ਜੁੜੇ ਹੁੰਦੇ ਆ। ਬਿਲਕੁਲ, ਅਤੇ ਫੂਡ ਸਿਕਿਉਰਿਟੀ ਵੀ ਰਹੂਗੀ, ਨਾਲ ਵਾਤਾਵਰਨ ਵੀ ਬਚੂਗਾ, ਪਰ ਜੇ ਅਸੀਂ ਕਾਰਪੋਰੇਸ਼ਨ ਨੂੰ ਸਾਰਾ ਕੁਝ ਦਿੱਤਾ ਤਾਂ ਕੁਛ ਵੀ ਨਹੀਂ ਸਾਡਾ ਬਚਣਾ। ਓਕੇ ਡਾਕਟਰ ਸਾਹਿਬ, ਇਹ ਗੱਲ ਵੀ ਸਹੀ ਹੈ, ਪਰ ਇਹਦੇ ਨਾਲ ਇੱਕ ਦੂਜਾ ਇੰਪੋਰਟੈਂਟ ਮੁੱਦਾ, ਦਵਿੰਦਰ ਜੀ ਜਿਹੜਾ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਗੱਲ ਨੂੰ ਡੀਲ ਵੀ ਕਰਦੇ ਹੈ, ਉਹ ਹੈ ਐਗਰੀਕਲਚਰ ਦੀਆਂ ਜਿਹੜੀਆਂ ਪ੍ਰੋਡਕਸ਼ਨ ਹੈ ਉਹਦੀ ਪ੍ਰਾਈਸ ਦਾ, ਚਾਹੇ ਦੂਜੇ ਜੋ ਵੀ, ਚਾਹੇ ਵੀਟ ਹੈ, ਦੂਜੀਆਂ ਫਸਲਾਂ ਹੈਗੀਆਂ, ਪੈਡੀ ਆ, ਬਾਕੀ ਜਿਹੜੀਆਂ ਰਿਲੇਟਡ ਹੈਗੀਆਂ ਇਹਦੇ ਨਾਲ ਜਿੰਨੀਆਂ, ਉਹ ਕਹਿੰਦੇ ਜੇ ਤੁਸੀਂ ਇਹਦੇ 'ਚ ਚੇਂਜ ਵੀ ਕਰਨੀ ਹੈ ਔਰਗੈਨਿਕ ਵਾਲੇ ਪਾਸੇ ਨੂੰ ਜਾਣਾ ਤਾਂ ਉਹਦੀ ਪ੍ਰੋਡਕਸ਼ਨ ਥੋੜ੍ਹੀ ਘਟੇਗੀ, ਘੱਟ ਸਕਦੀ ਹੈ, ਅਤੇ ਫਾਰਮਰਸ ਨੂੰ ਉਹਦਾ ਮੁੱਲ ਲਾਹੇਵੰਦ ਨਾ ਮਿਲਿਆ ਤਾਂ ਕਿੱਦਾਂ ਫਾਰਮਰ ਜਿਹੜਾ ਹੈਗਾ ਉਹਦੇ 'ਤੇ ਸਸਟੇਨ ਕਰੇਗਾ? ਤੁਸੀਂ ਅਮਰੀਕਾ ਦੇਖ ਲਓ,
ਅਮੈਰੀਕਾ ਦਾ ਸਭ ਵਾਸਤੇ ਮਾਡਲ ਹੈ। ਅਮੈਰੀਕਾ ਵਿੱਚ ਜਦ ਤੁਸੀਂ ਔਰਗੈਨਿਕ ਤਰਫ ਸ਼ਿਫਟ ਹੁੰਦੇ ਹੋ ਤਾਂ ਉਹ ਮੰਨ ਕੇ ਚੱਲਦੇ ਕਿ 3 ਸਾਲ ਦਾ ਪੀਰੀਅਡ ਹੁੰਦਾ ਜਦੋਂ ਫੇਜ਼ ਆਊਟ ਕਰਨਾ ਹੁੰਦਾ ਸੀ ਕੈਮੀਕਲਸ ਨੂੰ। ਉਹ 3 ਸਾਲ ਵਾਸਤੇ ਅਮੈਰੀਕਾ ਕਿਸਾਨਾਂ ਨੂੰ ਸਬਸਿਡੀ ਦਿੰਦਾ। ਜੇ ਅਮੈਰੀਕਾ ਕਿਸਾਨਾਂ ਨੂੰ ਸਬਸਿਡੀ ਦੱਸਿਆ 3 ਸਾਲ ਵਾਸਤੇ ਤਾਂ ਅਸੀਂ ਕਿਉਂ ਦੇ ਸਕਦੇ? ਜੀ ਜੀ, ਜੇ ਤੁਸੀਂ ਕਿਸਾਨਾਂ ਵਾਸਤੇ ਸੋਰੀ ਮਾਰਕੀਟ ਵਾਸਤੇ ਇੱਕ ਇੰਟਰਵੈਂਸ਼ਨ ਪ੍ਰਾਈਸ ਲੈ ਕੇ ਆਇਓ ਕਿ ਜੇ ਦਾਮ ਬੜ ਜਾਏ ਤੁਹਾਨੂੰ, ਦਾਮ ਘੱਟ ਜਾਏ ਤਾਂ ਤੁਹਾਨੂੰ ਮਾਰਕੀਟ ਦੇਣ ਵਾਸਤੇ, ਤਾਂ ਇੱਥੇ ਵੀ ਕਿਸਾਨਾਂ ਨੂੰ ਦਿਓ ਤੁਸੀਂ ਇੰਟਰਵੈਂਸ਼ਨ ਪ੍ਰਾਈਸ ਤਾਂ ਕਿ ਉਹ ਉਹਨੂੰ ਮੂਵ ਕਰਨ। ਦੂਸਰੀ ਗੱਲ ਇਹ ਕਿ ਤੁਸੀਂ ਦੇਖੋ ਸਾਡੇ ਹਿੰਦੁਸਤਾਨ 'ਚ ਬੜਾ ਹੁਣ ਚੱਲ ਪਿਆ, ਤਾਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਆਂਧਰਾ ਪ੍ਰਦੇਸ਼ ਹੁਣ ਤੇਲੰਗਾਨਾ ਬਣ ਗਿਆ, ਉਹਦੇ ਵਿੱਚ 36 ਲੱਖ ਏਕੜ ਵਿੱਚ ਖੇਤੀ ਹੋ ਰਹੀ ਹੈ ਜਿਹਦੇ ਵਿੱਚ ਕੋਈ ਕੈਮੀਕਲ ਪੈਸਟੀਸਾਈਡ ਦਾ ਉਪਯੋਗ ਨਹੀਂ ਹੋ ਰਿਹਾ। ਓਕੇ, ਬਹੁਤ ਵੱਡੀ ਗਿਣਤੀ 36 ਲੱਖ ਏਕੜ, ਬਹੁਤ ਵੱਡੀ। ਹੁਣ ਜਿਹੜੇ ਚੀਫ ਮਿਨਿਸਟਰ ਹੈਗੇ ਉੱਥੇ ਦੇ ਚੰਦਰ ਬਾਬੂ ਨਾਇਡੂ ਜੀ ਨੇ, ਉਹਨਾਂ ਨੇ, ਮੈਂ ਇੱਕ ਮੀਟਿੰਗ 'ਚ ਗਿਆ ਸੀਗਾ, ਉਹਨਾਂ ਨੇ ਹੁਣ ਇਹ ਪਲਾਨ ਕੀਤਾ ਕਿ ਅਗਲੇ 3 ਸਾਲਾਂ ਵਿੱਚ ਆਂਧਰਾ ਪ੍ਰਦੇਸ਼ ਕੋਲ 50 ਲੱਖ ਕਿਸਾਨ ਹੈਗੇ ਹੈ। ਓਕੇ, ਉਸ 50 ਲੱਖ ਜਿਹੜੇ ਕਿਸਾਨ ਹੈਗੇ ਸਾਰੇ ਦੇ ਸਾਰੇ ਔਰਗੈਨਿਕ ਹੋਣਗੇ। ਇਹ ਮਤਲਬ ਕਿ ਹੁਣ ਸਮਝ ਆ ਰਹੀ ਹੈ, ਜੇ ਇੱਕ ਵਾਰੀ ਔਰਗੈਨਿਕ ਸਾਰਾ ਸ਼ਿਫਟ ਹੋ ਗਿਆ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ, ਤੁਸੀਂ ਦੇਖੋਗੇ ਸਾਰੇ ਦੇਸ਼ ਵਿੱਚ ਇੱਕ ਮੁਹਿੰਮ ਚੱਲ ਪਏਗੀ। ਦਵਿੰਦਰ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਪੰਜਾਬ ਵਾਲਿਆਂ ਨੂੰ ਨਹੀਂ ਸਮਝਾ ਸਕਦੇ? ਪੰਜਾਬ ਵਾਲਿਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਕਿਉਂਕਿ ਉਹ ਅਸਲ ਗੱਲ ਹੁੰਦਾ ਕਿ ਲੋਬੀਜ਼ ਬੜਾ ਕੰਮ ਕਰਦੀਆਂ। ਦੇਖੋ ਨਾ, ਫਰਟੀਲਾਈਜ਼ਰ ਦੀ ਇੰਟਰਸਟ ਹੈ, ਪੈਸਟੀਸਾਈਡ ਦਾ ਇੰਟਰਸਟ ਹੈ, ਔਰ ਉਹ ਇੰਨੇ ਵੈਲ ਇੰਟਰਸਟ ਹੈਗੀ ਲੋਬੀਜ਼ ਕਿ ਉਹਦੇ ਵਾਸਤੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਨੁਕਸਾਨ ਹੋ ਜਾਏਗਾ। ਇਹ ਬੜੀ ਪ੍ਰੋਬਲਮ ਹੈ, ਸਰਕਾਰ ਸਮਝਦੀ ਹੈ ਪਰ ਉਹ ਆ ਜਾਂਦਾ ਕਿ ਇਹਨਾਂ ਨੂੰ ਨੁਕਸਾਨ ਹੋ ਜਾਏਗਾ। ਓਕੇ, ਮੈਨੂੰ ਲੱਗਦਾ ਕਿ ਸਾਡਾ ਤੁਹਾਡਾ ਨੁਕਸਾਨ ਜ਼ਿਆਦਾ ਇੰਪੋਰਟੈਂਟ ਹੈ। ਜੀ ਜੀ, ਬਿਲਕੁਲ। ਲਾਸਟ ਕਮੈਂਟ ਜਿਹੜਾ ਹੈਗਾ ਇਸ ਇਸ਼ੂ ਦੇ ਉੱਤੇ, ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੇ ਫਾਰਮਰ ਨੂੰ ਜਿਹੜੀਆਂ ਪ੍ਰਾਈਸਿਸ ਸਹੀ ਨਹੀਂ ਮਿਲਣੀਆਂ ਤਾਂ ਔਰਗੈਨਿਕ ਵੱਲ ਸ਼ਾਇਦ ਜਾਣਾ ਇੰਨਾ ਪੋਸੀਬਲ ਨਾ ਹੋਏ। ਇਹ ਫਾਰਮਰ ਨੂੰ ਸਾਨੂੰ ਇੱਕ ਮਿਨੀਮਮ ਲੈਵਲ ਆਫ ਇਨਕਮ ਦਾ ਦੇਣਾ ਪਊਗਾ। ਜੀ, ਜਿਵੇਂ ਸ਼ਰਮਾ ਜੀ ਨੈਸ਼ਨਲ ਲੈਵਲ ਦੀ ਡਿਬੇਟ ਦੇ ਵਿੱਚ ਵੀ ਕਹਿੰਦੇ ਨੇ ਕਿ ਉਹ ਸਾਨੂੰ ਇਨਕਮ ਅਸ਼ੋਰ ਕਰਨੀ ਪਊ ਪ੍ਰਾਈਸਿਸ ਨਾਲ। ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ 'ਤੇ ਚਰਚਾ ਕੀਤੀ ਹੈ ਕਿ ਇਸ ਵੇਲੇ ਪੰਜਾਬ 'ਚ ਖੇਤੀ ਦੀ ਦਿਸ਼ਾ ਅਤੇ ਦਸ਼ਾ ਕਿਹੋ ਜਿਹੀ ਹੈ ਅਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ, ਅਸੀਂ ਆਪਣੇ ਮਹਿਮਾਨਾਂ ਨਾਲ 2 ਪੜਾਅ ਵੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਦੋਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਸਾਡੇ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpunjabtv.com।